ਹਾਂਜੀ ਮਿੱਤਰੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਬਾਈ 3:30 ਵੱਜ ਚੁੱਕੇ ਆ, ਕਾਲਜ ਤੋਂ ਆਪਾਂ ਹੋ ਗਏ ਸੀ ਜਲਦੀ ਫ੍ਰੀ। ਬਾਈ ਦੀਆਂ ਹੁੰਦੀਆਂ ਸ਼ਾਮ ਨੂੰ ਕਲਾਸਾਂ ਯੂਨੀਵਰਸਿਟੀ, ਅੱਜ ਕਲਾਸਾਂ ਹੈ ਨਹੀਂ ਗੀਆਂ ਤੇ ਹੋਲੀ ਸੈਲੀਬ੍ਰੇਸ਼ਨ ਚੱਲ ਰਹੀ ਆ ਤੁਸੀਂ, ਤੇ ਦਿਖਾਉਂਦੇ ਆ ਤੁਹਾਨੂੰ ਮਾਹੌਲ ਕੀ ਗੱਲਬਾਤ ਹੈ ਉੱਥੇ। ਕਹਿੰਦੇ ਪੂਰਾ ਰੌਲਾ ਪੈ ਰਿਹਾ, ਡੀਜੇ ਡੂਜੇ ਚੱਲ ਰਹੇ ਨੇ ਪੂਰਾ ਉੱਥੇ, ਪਾਰਟੀ ਫੁੱਲ ਔਨ ਫੁੱਲ ਚੱਲ ਰਹੀ ਆ। ਯੂਨੀਵਰਸਿਟੀ ਦਿਖਾਉਣੇ ਆ ਤੁਹਾਨੂੰ ਸਟੂਸੀ ਦਾ ਮਾਹੌਲ ਕੀ ਗੱਲਬਾਤ ਹੈ, ਫਿਰ ਦੇਖਿਓ ਵਲੌਗ ਸਾਰਾ। ਲਓ ਬਈ ਤੇਲ ਆਪਾਂ ਲਿਆ ਪਵਾ, ਹੋਲੀ ਇੱਥੇ ਮਨਾਈ ਜਾ ਰਹੀ ਹੈ ਪੂਰੀ ਜ਼ੋਰਾਂ ਸ਼ੋਰਾਂ ਤੇ, ਸੈਕਟਰ 15 ਦੇ ਵਿੱਚ ਸਾਰੇ ਰੰਗ ਨਾਲ ਡੱਕੇ ਫਿਰਦੇ ਆ ਪੂਰੇ, ਹੋਲੇ ਮਹੋਲੀ ਹੋਇਆ ਪਿਆ ਕੰਮ। ਆਦੇ ਕਾਰ ਭਰੀ ਆਉਂਦੀ ਆ ਬਾਈ ਉਹਦੀ ਰੰਗ ਨਾਲ। ਯੂਨੀਵਰਸਿਟੀ 'ਚ ਤਾਂ ਹਿਸਾਬ ਨਾਲ ਮੈਨੂੰ ਲੱਗਦਾ ਜ਼ਿਆਦਾ ਹੀ ਮਾਹੌਲ ਹੋਊ ਕੁਛ। 3 ਦਿਨ ਪਹਿਲਾਂ ਹੀ ਹੋਲੀ ਚਲਾ ਰੱਖੀ ਆ। ਅੱਜ ਬਈ ਡੇਟ ਹੈਗੀ ਹੈ 22, ਹੈ ਨਾ ਹਜੇ ਯਾਰ 25 ਨੂੰ ਹੋਲੀ ਆ, 22 ਤਰੀਕ ਦਾ ਵਲੌਗ ਚੱਲ ਰਿਹਾ, ਪਾਵਾਂਗੇ ਤਾਂ ਚਲੋ ਲੇਟ ਥੋੜ੍ਹਾ ਜਿਹਾ, ਬਟ ਅੱਜ 22 ਡੇਟ ਨੂੰ ਅਸੀਂ ਵਲੌਗ ਬਣਾ ਰਹੇ ਹਾਂ। 22 ਤਰੀਕ ਨੂੰ ਹੋਲੀ ਦਾ ਪੂਰਾ ਫੁੱਲ ਮਾਹੌਲ ਬਣਿਆ ਪਿਆ, ਵੇਖੋ ਬਈ ਭਰੇ ਜਾਂਦੇ ਆ ਰੰਗ ਨਾਲ ਲੋਕ ਸਾਰੇ। ਇਧਰੋਂ ਵੀ ਰੰਗ ਨਾਲ ਇੰਨਾ ਕੀ ਕਰੇਜ ਹੋ ਰਿਹਾ ਐਤਕੀ ਲੋਕਾਂ ਚ ਯਾਰ, ਇੰਨੇ ਦਿਨ ਪਹਿਲਾਂ ਹੀ ਹੋਲੀ ਚਲਾ ਰੱਖੀ ਆ ਐਤਕੀ। ਫਿਰ ਮੰਡੇ ਦੀ ਹੈ ਨਾ ਹੋਲੀ। ਹਾਂ ਸੰਡੇ ਮੰਡੇ ਦੋ ਛੁੱਟੀਆਂ ਆ ਗਈਆਂ ਕਾਲਜਾਂ ਚ ਨਾ। ਬਈ ਯੂਨੀਵਰਸਿਟੀ ਦੇ ਵਿੱਚ ਇਕੱਠ ਹੋਇਆ ਪਿਆ ਭਾਰੀ ਜਾਮ ਲੱਗੇ ਪਏ ਆ, ਇਹ ਤਾਂ ਜਾਮ ਜਮ ਜਾਮ ਹੋ ਰਿਹਾ ਕੰਮ, ਵੇਖਿਓ ਯਾਰ ਕਿਵੇਂ ਲੋਕ ਭਰੇ ਆਉਂਦੇ ਆ ਰੰਗ ਨਾਲ। ਹਾਏ ਓਏ ਰੱਬਾ, ਆਪਾਂ ਤਾਂ ਤਿਆਰ ਵਿਆਰ ਹੋਏ ਹੋਏ ਆ, ਆਪਾਂ ਨੂੰ ਨਾ ਭਰਦੇ ਕਿਤੇ ਵੀ, ਆਪਾਂ ਨੇ ਇੱਧਰ ਦੇ ਕਾਰ ਚੋ ਗਰਨੂਰ, ਆਪਾਂ ਤਾਂ 25 ਨੂੰ ਹੀ ਮਨਾਉਣੀ ਆ ਹੋਲੀ। ਆਹ ਦੇਖੀ ਗੱਡੀ ਗੱਡੀ ਕਿਵੇਂ ਲਵੇੜੀ ਆ ਇਹਨਾਂ ਨੇ, ਪੀ ਵੀ 30 ਭਰੇ ਫਿਰਦੇ ਆ ਵਿੱਚੋਂ ਵੀ ਪੂਰੇ ਯਾਰ, ਸਾਰਿਆਂ ਦੇ ਰੰਗ ਲੱਗੇ ਹੋਏ ਆ ਜਿੰਨੇ ਵੀ ਆਈ ਜਾਂਦੇ ਆ ਲੋਕ। ਵਾਲਾ ਇੰਨਾ ਟ੍ਰੈਫਿਕ ਤਾਂ ਅੱਜ ਮੈਂ ਪਹਿਲੀ ਵਾਰ ਦੇਖ ਰਿਹਾ ਯੂਨੀਵਰਸਿਟੀ ਦੇ ਵਿੱਚ, ਹੁੱਲ ਮਹੁੱਲੀ ਹੋ ਰਿਹਾ ਕੰਮ, ਹੁੱਲ ਮਹੁੱਲੀ। ਆਪਾਂ ਹੁਣ ਕੈਮਿਸਟਰੀ ਵੱਲ ਮੁੜ ਜਾਂਦੇ ਹਾਂ ਨਾ, ਕੈਮਿਸਟਰੀ ਵੱਲ ਵੀ ਪੂਰਾ ਹੋਊਗਾ ਇਕੱਠ। ਰੰਗਾ ਰੰਗ ਹੋ ਰਿਹਾ ਕੰਮ, ਰੰਗਾ ਰੰਗ ਆਪਣੇ ਨਾਲ ਦੇ ਫਿਰਦੇ ਮਾਹੌਲ ਠੀਕ ਹੈ, ਅੱਛਾ ਮਾਹੌਲ ਆ ਪੂਰਾ ਗੁੱਡ ਆ। ਕੈਮਿਸਟਰੀ ਡਿਪਾਰਟਮੈਂਟ ਬਈ ਪੂਰਾ ਫੁੱਲ ਯਾਰ, ਇਹ ਕਿਆ ਹੋ ਗਿਆ ਮਾਰੇ ਸਾਥ, ਇਹਦੀ ਮੰਮਾ ਹੋਇਆ ਲੱਗਦਾ ਕਿਦੋਂ ਕੱਪੜੇ ਬਦਲੇ ਲੱਗਦੇ ਹੋਣੇ ਆ, ਦੁਬਾਰਾ ਨਹਾਲੇ ਦੁਬਾਰੇ ਅੱਜ
ਯੂਨੀਵਰਸਿਟੀ ਜਾਣਾ ਥੋੜਾ ਸਾਨੂੰ ਮਹਿੰਗਾ ਪੈ ਗਿਆ, ਕਾਰ ਵੀ ਧਵਾਉਣੀ ਪਈ, ਆਪ ਨੂੰ ਵੀ ਨਹਾਉਣਾ ਪਿਆ ਤੇ ਯੂਨੀਵਰਸਿਟੀ ਬਈ ਬਾਹਲਾ ਜ਼ਿਆਦਾ ਇਕੱਠ ਸੀਗਾ ਤੇ ਸਟੂਡੈਂਟ ਸੈਂਟਰ ਤਾਂ ਆਪਾਂ ਤੋਂ ਜਾ ਹੀ ਨਹੀਂ ਗਿਆ, ਉੱਧਰ ਤਾਂ ਅੱਜ ਬੰਦ ਸੀਗਾ, ਜਾਣ ਹੀ ਨਹੀਂ ਦੇ ਰਹੇ ਸੀ ਕਿਉਂਕਿ ਰਸ਼ ਬਾਹਲਾ ਸੀਗਾ ਤੇ ਆਪਾਂ ਜਾਣਾ ਵੀ ਨਹੀਂ ਚਾਹੁੰਦੇ ਸੀ, ਫਿਰ ਜਮੀ ਭਰੇ ਜਾਂਦੇ ਕਲਰ ਨਾਲ। ਹੋਲੀ ਅੱਜ ਬੇਅੰਤੀ ਮਨਾਈ ਜਾਂਦੀ ਸ਼ਾਇਦ ਤਾਂ ਯੂਨੀਵਰਸਿਟੀ 'ਚ, ਖਾਰੂ ਪਾਰਕ ਹੈ ਪੂਰਾ। ਸਾਡੇ ਤਾਂ ਚੱਲ ਥੋੜ੍ਹਾ ਥੋੜ੍ਹਾ ਹੀ ਪਿਆ ਸੀ ਰੰਗ, ਅਸੀਂ ਬਚ ਗਏ, ਅਸੀਂ ਤਾਂ ਕੁਛ ਖਾਣ ਲੱਗਦੇ ਸੀਗੇ, ਸਾਡੇ 'ਤੇ ਕੋਈ ਸਾਡੇ ਜਾਣ ਜਾਣਦਾ ਸੀਗਾ, ਸਾਨੂੰ ਪਤਾ ਨਹੀਂ ਕੋਈ ਸਾਡੇ 'ਤੇ ਰੰਗ ਪਾ ਗਏ ਯਾਰ। ਅਸੀਂ ਫਿਰ ਸੋਚਿਆ ਕਿ ਨਹਾ ਲਈਏ ਹੁਣ ਜਾ ਕੇ, ਹੁਣ ਨਹਾ ਕੇ ਬਈ ਨਿਕਲੇ ਹਾਂ, 7 ਵੱਜ ਚੁੱਕੇ ਆ, ਆਪਾਂ ਹੁਣ ਚੱਲਦੇ ਹਾਂ ਡੀ ਏ ਵੀ ਕਾਲਜ। ਡੀ ਏ ਵੀ ਕਾਲਜ ਅੱਜ ਹੈਗਾ ਫੈਸਟੀਵਲ, ਉੱਥੇ ਆ ਰਿਹਾ ਕੋਈ ਸਿੰਗਰ ਸ਼ਾਇਦ ਜੋਰਡਨ ਸੰਧੂ ਸ਼ਾਇਦ, ਹਾਂ ਪਤਾ ਨਹੀਂ। ਚਲੋ ਤੁਹਾਨੂੰ ਦਿਖਾਉਂਦੇ ਹਾਂ ਡੀ ਏ ਵੀ ਕਾਲਜ ਦਾ ਫੈਸਟ। ਐਸ ਡੀ ਕਾਲਜ ਦੇ ਫੈਸਟ ਤਾਂ ਤੁਸੀਂ ਬਹੁਤ ਦੇਖ ਲਏ ਹੋਣੇ ਆ, ਐਸ ਡੀ 'ਚ ਆਪਾਂ ਤੁਹਾਨੂੰ 2-3 ਫੈਸਟ ਦਿਖਾ ਤੇ, ਯੂਨੀਵਰਸਿਟੀ ਦੇ ਵੀ ਦਿਖਾ ਤੇ 1-2 ਫੈਸਟ, ਅਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਡੀ ਏ ਵੀ ਕਾਲਜ, ਕੀ ਗੱਲਬਾਤ ਹੈ, ਕੀ ਮਾਹੌਲ ਹੈ, ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਡੀ ਏ ਵੀ। ਆ ਜਾਓ ਫਿਰ, ਬਣੇ ਰਹੋ ਨਾਲ ਨਾਲ। ਲਓ ਵੀ ਮਿੱਤਰ ਪਹੁੰਚ ਗਏ ਆਪਾਂ ਡੀ ਏ ਵੀ ਕਾਲਜ, ਘੱਟ ਅੰਨਾ ਹੀ ਹੋਇਆ ਪਿਆ ਜਮੀ, ਦੋ ਬੰਦੇ ਆਪਣੇ ਨਾਲ ਹੋ ਜੁੜ ਗਏ ਆ, ਚਿੱਟੀ ਟੀ ਸ਼ਰਟ ਵਾਲਾ ਬਾਈ ਹੈਗਾ ਮੁਕਤਸਰ ਤੋਂ, ਆਪਣਾ ਕੇ ਵੀ ਹੈਗਾ ਪਟਿਆਲੇ ਤੋਂ, ਜਾਣਦੇ ਹੋਵੋਗੇ। ਉਹ ਇੱਧਰ ਤਾਂ ਦਿਖਾ ਦੇ ਕਿਹੜੀ ਐਂਟਰੀ ਹੋ ਆਪਣੀ, ਮੈਨੂੰ ਤਾਂ ਨਹੀਂ ਲੱਗਦਾ ਲੱਛਣਾ ਤੋਂ, ਕਾਠੀ ਵਾਲਾ ਗੇਟ ਹੀ ਬੰਦ ਕਰਤਾ ਚੱਕ। ਜੋਰਡਨ ਸੰਧੂ ਗਾਈ ਜਾਂਦਾ ਅੰਦਰ, ਮਾਹੌਲ ਪੂਰਾ ਹੈ ਜੀ, ਪੀਸੀਆਰਾਂ ਵੀ ਖੜੀਆਂ, ਆਪਣਾ ਪ੍ਰੋਟੋਕੋਲ ਤਾਂ ਗਾਈ ਜਾਂਦਾ ਓਏ। ਭਾਈ ਅੰਦਰ ਆ ਗਏ, ਟੂ ਮੱਚ ਕੱਟ ਸਮੋ ਜਾਉ ਜਿਉਣਾ ਤਾਂ ਇੱਕ ਪਾਸ
ਕਹਿੰਦਾ ਥੱਲੇ ਛੱਟੀ ਦੀ ਆ ਥੋੜ ਤਾਜੀ ਫਸਲ ਵਢਾਈ ਆ ਇੱਥੋਂ ਪਤਾ ਲੱਗਦਾ ਏ ਇੱਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਆ ਤੇ ਤੁਹਾਡੀ ਸਾਰਿਆਂ ਦੀ ਗੱਲ ਕਰਨ ਲੱਗੇ ਆ ਸਾਰਾ ਇਕੱਠ ਖਾਲੀ ਹੋ ਗਿਆ ਸੀ ਬਾਹਰ ਆ ਗਏ ਸਾਡੇ ਨਾਲ ਹੀ ਸਾਰੀ ਰੌਣਕ ਬਾਹਰ ਆ ਗਈ ਅਸੀਂ ਬਾਹਰ ਆ ਗਏ ਸਾਰੇ ਬਾਹਰ ਆ ਗਏ ਹਜੇ ਗਾਈ ਜਾਂਦਾ ਹੁਣ ਤਾਂ ਉਹ ਪਰ ਰਿਹਾ ਨਹੀਂ ਇਕੱਠ ਇੰਨਾ ਹੁਣ ਤਾਂ ਛੇਤੀ ਮੁੜ ਜੂਗਾ ਨਾ मैं निकल रहा हूँ ਮੈਂ ਤਾਂ ਕਿਹਾ ਸੀਗਾ ਰੋਟੀ ਖਾ ਲੈਣੇ ਬਾਈ ਕਹਿੰਦਾ ਆਪਾਂ ਬਰਗਰ ਖਾਵਾਂਗੇ ਅੱਜ ਤੇ ਇੱਥੇ ਸਾਨੂੰ
ਸਾਡੇ ਵਲੌਗ ਦੇਖਣ ਵਾਲੇ ਬੰਦੇ ਹੀ ਮਿਲੇ ਦੋ ਜਲਾਲਾਬਾਦ ਤੋਂ ਬਾਈ ਸ਼ਾਇਦ ਦੇਖਣਗੇ ਵਲੌਗ ਅੱਗੇ ਆਪਣਾ ਤੇ ਬਾਈਆਂ ਨੂੰ ਬਹੁਤ ਬਹੁਤ ਥੈਂਕ ਯੂ ਬਾਈ ਨੇ ਹਿਸਟਰੀ ਦੇ ਵਿੱਚ ਵੀ ਦਿਖਾਇਆ ਸਾਡੇ ਵਲੌਗ ਦੇਖੀ ਜਾਂਦਾ ਸੀ ਬਾਈ ਪਹਿਲਾਂ ਚਲੋ ਖਾਂਦੇ ਹਾਂ ਮਿਲਦੇ ਹਾਂ ਅੱਗੇ ਅੱਗੇ ਵਲੌਗ ਦੀ ਸਮਾਪਤੀ ਥੋੜ੍ਹੀ ਲੇਟ ਕਰਾਂਗੇ ਘਰੇ ਪਹੁੰਚ ਕੇ ਬਸ ਪਹੁੰਚਣ ਵਾਲੇ ਹਾਂ ਅਤੇ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੌਗ ਪੀਲੀਆ ਸਪਰਾਈ ਚਲੋ ਲੈਟਸ ਗੋ ਹਾਂਜੀ ਬਾਈ ਪਹੁੰਚ ਗਏ ਆਪਾਂ ਫਲੈਟ ਦਿਨ ਅੱਜ ਦਾ ਬਹੁਤ ਵਧੀਆ ਰਿਹਾ ਪਹਿਲਾਂ ਪੀਯੂ ਗਏ ਅਤੇ ਥੋੜ੍ਹੇ ਬਹੁਤੇ ਰੰਗ ਨਾਲ ਰੰਗੋ ਰੰਗੀ ਹੋਏ ਉਸ ਤੋਂ ਬਾਅਦ ਫਿਰ ਨਹਾਤੇ ਧੋਤੇ ਤਿਆਰ ਹੋਏ ਕਾਰਾਂ ਧਵਾਈਆਂ ਫਿਰ ਅਸੀਂ ਗਏ DAV DAV ਦਾ ਫੈਸਟ ਬਹੁਤ ਵਧੀਆ ਸੀ ਹੈ ਨਾ ਵਧੀਆ ਸੀਗਾ ਕਰਾਊਡ ਬਹੁਤ ਅੱਛਾ ਸੀਗਾ ਅਤੇ ਉਸ ਤੋਂ ਬਾਅਦ ਅਸੀਂ ਖਾਧਾ ਮੈਕੜੀ ਆਪਾਂ ਨੂੰ ਮਿਲੇ ਆਪਣੇ ਵਿਊਅਰਸ ਕਹਿ ਲਈਏ ਚਲੋ ਸਬਸਕ੍ਰਾਈਬਰਸ ਹੈ ਨਾ ਅਤੇ ਉਹਨਾਂ ਨੂੰ ਮਿਲੇ ਅਤੇ ਹੁਣ ਪਹੁੰਚ ਗਏ ਆਪਾਂ ਫਲੈਟ ਹੁਣ ਆਪਾਂ ਕਰਦੇ ਹਾਂ ਤੁਹਾਨੂੰ ਗੁੱਡ ਬਾਏ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬਣੇ ਰਹੋ ਆਪਣੇ ਵਲੌਗਾਂ ਦੇ ਨਾਲ ਅਤੇ ਐਵੇਂ ਪਿਆਰ ਦਿੰਦੇ ਰਹੋ ਅਤੇ ਦੇਖਦੇ ਰਹੋ ਵਲੌਗ ਆਪਣੇ ਓਕੇ ਬਾਏ ਗੁੱਡ ਨਾਈਟ।